ਇੱਕ ਬੱਚਾ ਭਚੰਗੀ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਨਾਲ ਇਸ ਵਕਤ ਮੌਜੂਦ ਹੈ ਤੇ ਬੜੀ ਪਿਆਰੀ ਆਵਾਜ਼ ਦੇ ਵਿੱਚ ਇਹ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਇੱਕ ਕਵਿਤਾ ਜਿਹੜੀ ਹੈ ਉਹ ਗਾ ਕੇ ਸਾਨੂੰ ਸੁਣਾਉਣੀ ਚਾਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਸ਼ੁਭਦੀਪ ਸਿੰਘ। ਸ਼ੁਭਦੀਪ ਜੀ ਕੀ ਤੁਹਾਨੂੰ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ? ਭਾਈ ਮਹਿਲ ਸਿੰਘ ਹੋਣਾ ਜੀ। ਇਹ ਕਿੱਥੋਂ ਸਿੱਖਦੇ ਹੋ ਤੁਸੀਂ? ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰੇ ਜੋ ਮਿਲੇ ਕਾਮਨ ਨੂੰ ਤੇ ਸਾਵਣ ਵਿੱਚ ਸਰ ਸਰੇ ਸਾਦੀ ਦੀਦ ਨੂੰ ਦਿਲ ਭਰੇ ਸਾਨੇ ਮੈਣ ਤਰ ਸਰੇ ਸਾਦੀ ਦੀਦ ਨੂੰ ਦਿਲ ਭਰੇ ਸਾਨੇ ਮੈਣ ਤਰ ਸਰੇ ਅਸਾਦੀ ਅਰਜ ਹੈ ਪ੍ਰੀਤਮ ਤੁਸਾਂ ਭਗਵਾਨ ਕਰ ਲੈਣੀ ਅਸਾਦੇ ਮੇਰ ਦੀ ਦ੍ਰਿਸ਼ਟੀ ਹੁੰਦੇ ਬਾਣ ਕਰ ਲੈਣੀ ਤੁਸਾਂ ਦੇ ਕੰਨ ਚੋਂਦੇ ਨੇ ਕੇ ਸੁਣੀਏ ਬੈਣ ਤਰ ਸਰੇ ਕੇ ਸੁਣੀਏ ਬੈਣ ਤਰ ਸਰੇ ਸਾਦੀ ਦੀਦ ਨੂੰ ਦਿਲ ਭਰੇ ਸਾਦੇ ਮੈਣ ਤਰ ਸਰੇ ਸਾਦੀ ਦੀਦ ਨੂੰ ਦਿਲ ਭਰੇ ਸਾਦੇ ਮੈਣ ਤਰ ਸਰੇ ਇਹ ਤਾਂਗਾ ਚਿਰ ਦੀਆਂ ਬੜੀਆਂ ਉਡੀਕਾਂ ਹੋ ਗਈਆਂ ਲੰਬੀਆਂ ਜੋ ਤਰਬਾ ਚਿੱਤ ਵਿੱਚ ਛਿੜੀਆਂ ਨਾ ਪਾਤੋ ਰਹਿੰਦੀਆਂ ਸੰਮੀਆਂ ਜੋ ਤਰਬਾ ਜੇ ਮਦਦਾਂ ਬੀਤ ਚੁੱਕੀਆਂ ਨੇ ਅਗੇ ਨਾ ਬਖਸ਼ ਦਰਸ ਰਹੇ ਤੁਸਾਂ ਦੀ ਦੀਦ ਨੂੰ ਦਿਲ ਭਰੇ ਸਾਨ ਮੈਣ ਤਰਸ ਰਹੇ ਤੁਸਾਂ ਦੀ ਦੀਦ ਨੂੰ ਦਿਲ ਭਰੇ ਸਾਨ ਮੈਣ ਤਰਸ ਰਹੇ ਕਦੋਂ ਗੱਲ ਮਾਵਣਾ ਪਿਆਰੇ ਸਮੇਂ ਦਾ ਇੰਤਜ਼ਾਰ ਬੜਾ ਤੁਸੀਂ ਜੋ ਆਪਣਾ ਨਾਮ ਹੀ ਦੱਸੋ। ਮੇਰਾ ਨਾਮ ਸ਼ੁਭਦੀਪ ਸਿੰਘ ਹੈ। ਸ਼ੁਭਦੀਪ ਸਿੰਘ, ਹਾਂਜੀ। ਤਾਂ ਬਿਲਕੁਲ ਜੀ, ਇੱਕ ਛੋਟੇ ਬੱਚੇ ਦਾ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਪਿਆਰ ਹੈ, ਔਰ ਇਸ ਬੱਚੇ ਨੇ ਜਿੱਦ ਕਰਕੇ ਸਾਡੇ ਨਾਲ ਇਹ ਕਵਿਤਾ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਤਾਂ ਅਸੀਂ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਇਹਦੇ ਉੱਤੇ ਬਖਸ਼ਿਸ਼ਾਂ ਦਾ ਮਿਹਰ ਜਿਹੜਾ ਹੈ ਆਪਣਾ ਉਹ ਹੱਥ ਰੱਖਣਗੇ, ਔਰ ਇਹ ਵੱਡੀਆਂ ਤਰੱਕੀਆਂ ਕਰੂਗਾ। ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ, ਮਹਿਤਾ ਚੌਂਕ, ਅੰਮ੍ਰਿਤਸਰ।